ਲੇ ਸੋ ਨਰਪਹਿ ਗੁਰੂ ਰਵਿਦਾਸ ਮਹਾਰਾਜ ਕੀ ਜੈ ਰਵਿਦਾਸ ਸ਼ਕਤੀ ਜੈ ਰਵਿਦਾਸ ਸ਼ਕਤੀ ਜੈ ਕਰਦੇਵ ਧੰਗੁਰਦੇਵ ਜੈ ਕਰਦੇਵ ਧੰਗੁਰਦੇਵ ਜੈ ਪੀਮ ਜੈ ਭਾਰਤ ਜੈ ਪੀਮ ਜੈ ਭਾਰਤ ਗੁਰੂ ਰੂਪਿਆਰੀ ਸਾਧ ਸੰਗਤ ਜੀਓ ਆਪ ਭਾਰਤ ਵਿੱਚ ਵਸਦੀਆਂ ਸੰਗਤਾਂ ਦੇਸ਼ ਵਿਦੇਸ਼ ਵਿੱਚ ਰਹਿਣੀਆਂ ਸੰਗਤਾਂ ਨੂੰ ਪਤਾ ਹੀ ਹੈ ਬਹੁਤ ਦੁਖੀ ਹਿਰਦੇ ਦੇ ਨਾਲ ਸਾਡੀਆਂ ਸੰਗਤਾਂ ਨੂੰ ਇਹੋ ਜਿਹੇ ਕੰਮ ਕਰਨੇ ਪਏ ਆ ਇਹ ਖੁਸ਼ੀਆਂ ਨਾਲ ਨੌਜਵਾਨ ਨਹੀਂ ਬੈਠੇ ਜਗਤ ਗੁਰੂ ਸਤਗੁਰੂ ਰਵਿਦਾਸ ਸਮਾਹਾਰਾ ਸੱਚੇ ਪਾਤਸ਼ਾਹ ਜਿਨ੍ਹਾਂ ਨੂੰ 642 ਸਾਲ ਲਗਭਗ ਸੰਸਾਰ ਦੀ ਦੁਨੀਆ ਤਰਲੇ ਆਏ ਔਰ 510 ਸਾਲ ਹੋ ਗਏ ਜੋ ਕਿ ਦਿੱਲੀ ਤੁਰਗਾਵਾਦ ਸਿਕੰਦਰ ਦੁੱਦੀ ਨੇ ਗੁਰੂ ਤਰਨਾ ਕਰਕੇ ਹਜ਼ਾਰਾਂ ਲੋਕਾਂ ਨੂੰ ਨਾਲ ਨਾਮ ਦਾ ਦਵਾਇਆ ਤੇ ਬਹੁਤ ਭਾਰੀ ਏਕੜ ਗਿਣਤੀ ਵਿੱਚ ਗੁਰੂ ਸਾਹਿਬ ਨੂੰ ਜ਼ਮੀਨ ਜਾਇਦਾਦ দান ਕੀਤੀ ਸੀ ਅੱਜ ਦੀਆਂ ਸਰਕਾਰਾਂ ਨੇ ਉਸ ਆਸਾਨ ਜਿਹੜਾ ਸੀ ਉਹਨੂੰ ਢਾਟੇ ਨਹੀਂ ਕੀਤਾ ਹੈ ਜਦੋਂ ਸਾਡੀ ਭਾਰਤ ਦੁਨੀਆ ਵਸਦੀ ਸੰਗਤ ਨੂੰ ਪਤਾ ਚੱਲਿਆ ਪਹਿਲਾ ਧਰਨਾ ਫਗਵਾੜਾ ਵਿਖੇ ਨੌਜਾਨ ਸੰਗਤਾਂ ਬੱਚੇ ਬੀਰਪਰਾ ਜੋ ਕਿ ਸ਼੍ਰੀ ਗੁਰੂ ਰਵਿਦਾਸ ਚੱਕ ਹਕੀਮ ਇਤਿਹਾਸਕ ਅਸਥਾਨ ਵਿਖੇ ਮੀਟਿੰਗ ਹੋਈ ਔਰ ਸ਼੍ਰੀ ਗੁਰੂਬਦਾ ਸਾਧੂ ਸੰਪਰਦਾ ਸੜੀ ਰਜਿਸਟਰ ਪੰਜਾਬ ਸੰਤ ਜਨ ਇਕੱਠੇ ਹੋਏ ਨੌਜਵਾਨਾਂ ਨੇ ਦਾਸ ਨੂੰ ਇਹ ਹੁਕਮ ਕੀਤਾ ਬਾਬਾ ਜੀ ਤੁਸੀਂ ਸਭਾ ਦੇ ਚੇਅਰਮੈਨ ਹੋ ਔਰ ਇਹ ਆਪਾਂ ਅੱਜ ਰੋਡ ਬੰਦ ਕਰਨਾ ਹੈ ਲਗਭਗ 4 ਘੰਟੇ ਰੋਡ ਜਾਮ ਕੀਤਾ ਗਿਆ ਹੈ ਬੜੀ ਕਹਿਰ ਦੀ ਤੋਬੇ ਚ ਸਾਡੇ ਨੌਜਵਾਨ ਬੀਬੀਆਂ ਬੱਚੇ ਸੰਤ ਜਨ ਨੂੰ ਬੈਠਣਾ ਪਿਆ ਔਰ ਇਹਦੀ ਸਰਕਾਰ ਜਿਹੜੀ ਸੀ ਇਹਨਾਂ ਨੇ ਸਾਡਾ ਉਦੋਂ ਸਹਾਇਕ ਬੜਾ ਦਿੱਤਾ ਹੈ ਸ਼ਾਂਤੀਪੂਰਵ ਬੱਚਿਆਂ ਨੂੰ ਐਲਾਨ ਕੀਤਾ ਸੀ ਕਿਸੇ ਦਾ ਕੋਈ ਨੁਕਸਾਨ ਨਹੀਂ ਕਰਨਾ ਵੱਧ ਘੱਟ ਗੱਲ ਨਹੀਂ ਕਰਨੀ ਨੌਜਵਾਨਾਂ ਨੇ ਸੰਤਾਂ ਦਾ ਇਹ ਬੱਚੇ ਨੂੰ ਮੰਨਦੇ ਹੋਏ ਬਿਲਕੁਲ ਸ਼ਾਂਤੀਪੂਰ ਸਾਰੇ ਕੰਮ ਕੀਤੇ ਅੱਜ ਤੱਕ ਅਸੀਂ ਇਹਨਾਂ ਨੌਜਵਾਨਾਂ ਦਾ ਕੋਟਣ-ਕੋਟ ਧੰਨਵਾਦ ਵੀ ਕਰਦੇ ਹਾਂ ਜਿਨ੍ਹਾਂ ਨੇ ਸਾਡੀ ਬੱਚੇ ਨੂੰ ਮੰਨਿਆ ਉਸ ਤੋਂ ਬਾਅਦ ਫਿਰ 13 ਤਰੀਕ ਦੀ ਕਾਲ ਲੱਗੀ ਤੇ ਉਸ ਤੋਂ ਬਾਅਦ 21 ਤਰੀਕ ਦੀ ਕਾਲ ਜੋ ਕੇ ਜੰਤਰ ਮੰਤਰ ਦਿੱਲੀ ਜਾਣ ਵਾਸਤੇ ਇੰਨੀ ਦੁਨੀਆ ਲਗਭਗ 5 ਲੱਖ ਬੰਦਾ ਉੱਥੇ ਇਕੱਠਾ ਹੋਇਆ ਹੈ ਸ਼ਕ ਸ਼ਾਂਤੀ ਦੇ ਨਾਲ ਸਾਰੇ ਕਾਰਜ ਕੀਤੇ ਗਏ ਸਾਜ ਸੰਗਜੋ ਕੋਨੇ ਕੋਨੇ ਬਚ ਬਾਸ ਦੀ ਦੁਨੀਆ ਇਸ ਜਗਤ ਗੁਰੂ ਦੇ ਵਿਦਾਸ ਮਹਾਰਦੇ ਮੰਦਰ ਦੇ ਟਾਇਟੇਰੀ ਹੋਣ ਵਿੱਚ ਇਕੱਲੇ ਰਵਿਦਾਸੀ ਆ ਵਿਰਾਦਗੀ ਨਹੀਂ ਹੈ ਦੁਨੀਆ ਨੂੰ ਪਤਾ ਚੱਲ ਗਿਆ ਹੈ ਸਾਰੇ ਅਸੀਂ ਚੰਮ ਦੇ ਬਣੇ ਚਮਿਆਰ ਹਾਂ ਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਇਸ ਭਾਵਨਾ ਨੂੰ ਲੈਂਦੇ ਹੋਏ ਔਰ ਸਿੱਖ ਸਮਾਜ ਭਗਵਾਨ ਬਾਲਮੀਕ ਸੁਆਮੀ ਮਹਾਰਾਜ ਸੰਗਤਾਂ ਡਾਕਟਰ ਬੇਦਕਾਰ ਸਵਾਵਾਮਾ ਬੱਕ ਬੱਕ ਮੁਸਲਮਾਨ ਜੋ ਕਿ ਭਾਈਚਾਰਾ ਸਮੁੱਚੀ ਦੁਨੀਆ ਜੋ ਵੀ ਟੈਗ ਫੋਰਸਾਂ ਜੋ ਹੋਰ ਸੰਗਤਾਂ ਦਾ ਕਟ ਭਾਰੀ ਬਣਿਆ ਔਰ ਸਭ ਤੋਂ ਵੱਡੇ ਵਧਾਈ ਦੇ ਪਾਤਰ ਹੋ ਜਿਨ੍ਹਾਂ ਨੇ ਐਡਾ ਇਕੱਠ ਹੋਣ ਦੇ ਵਿੱਚ ਵਿਦੇਸ਼ ਦੀ ਦੁਨੀਆ ਅੰਦਰ ਸਖ ਸ਼ਾਂਤੀ ਦੇ ਨਾਲ ਕਾਰਜ ਕੀਤਾ ਸਾਡੇ ਉੱਤੇ ਕੋਈ ਐਕਸ਼ਨ ਨਹੀਂ ਆਇਆ ਇਸ ਕਰਕੇ ਸਾਰੀ ਸੰਗਤ ਵਧਾਈ ਦੇ ਪਾਤਰੋ ਅਸੀਂ ਮੈਂ ਇਹ ਗੱਲ ਜ਼ਰੂਰ ਕਹਣਾ ਕਿਤੇ ਯਕਦਾ ਨਹੀਂ ਜੇਕਰ ਸੰਤ ਸਮਾਜ ਨੇ 10 ਨੂੰ ਸੇਵਾ ਬਖਸ਼ੀ ਕੀਤੀ ਹੈ ਚੇਅਰਮੈਨ ਦੀ ਮੈਂ ਬੱਚਿਆਂ ਨੂੰ ਬੇਨਤੀ ਕਰਦਾ ਤੁਸੀਂ ਖੁਦ ਚੇਅਰਮੈਨ ਹੋ ਤੁਸੀਂ ਖੁਦ ਪ੍ਰਧਾਨ ਹੋ ਤੁਸੀਂ ਖੁਦ ਖਜ਼ਾਂਚੀ ਹੋ ਤੁਸੀਂ ਖੁਦ ਸੈਕਟਰੀ ਹੋ ਉਹ ਤੁਹਾਡੇ ਸਿਰ ਤੇ ਅਸੀਂ ਗੱਲ ਕਰਦੇ ਆ ਤੁਸੀਂ ਸਾਡਾ ਇਨਾ ਮਾਣ ਰੱਖਦੇ ਹੋ ਸਾਧ ਸੰਗਤ ਜੀਓ ਜੋ ਕਿ ਕੱਲ ਦੀ ਮੀਟਿੰਗ ਰਖਾਈ ਸੀ ਔਰ ਦਿੱਲੀ ਸਰਕਾਰ ਦੇ ਨਾਲ ਸਾਡਾ ਸੰਤ ਸਮਾਜ ਉੱਥੇ ਜਿੰਨੇ ਵੀ ਪਹੁੰਚੇ ਅਸੀਂ ਸਾਰੇ ਸਾਰੇ ਡੇਰਾ ਸਚਕਣ ਬੱਲਾ ਤੋਂ ਵੀ ਸੰਤ ਜਨ ਪਹੁੰਚੇ ਸ਼੍ਰੀ ਗੁਰੂ ਵਿਦਾ ਸਾਧ ਸੰਪਰਸ ਅੱਦੀ ਪਹੁੰਚੇ ਹੋਰ ਸੰਤ ਸਮਾਜ ਬਹੁਤ ਪਹੁੰਚਾ ਉੱਥੇ ਸਰਕਾਰ ਨਾਲ ਗੱਲਬਾਤ ਹੋਈ ਹੈ ਉਹਨਾਂ ਨੇ ਸਾਨੂੰ ਪੱਕਾ ਵਿਸ਼ਵਾਸ ਦਵਾਇਆ ਹੈ ਸੰਤਾਂ ਮਹਾਂਪੁਰਸ਼ਾਂ ਨੂੰ ਸੰਗਤਾਂ ਨੂੰ ਬਿਆ ਜਿਹੜੀ ਆਉਣ ਵਾਲੀ 13 ਤਰੀਕਾ ਹੈ ਜਿਹੜੀ ਜ਼ਾਇਦਾ ਸੀ ਡੀਡੀਓ ਦੇ ਕੋਲ ਉਹ ਵਾਪਸ ਕੀਤੀ ਜਾ ਰਹੀ ਹੈ 13 ਤਰੀਕ ਨੂੰ ਉਹ ਜਗਾ ਆਪਾਂ ਨੂੰ ਉਹਦੀ ਭਰੋਸਾ ਦਿਵਾਇਆ ਉਸੇ ਥਾਂ ਤੇ ਗੁਰੂ ਸਾਹਿਬ ਦਾ ਮੰਦਿਰ ਬਣੇਗਾ ਉੱਥੇ ਸਰੋਵਰ ਬਣਾਓ ਉੱਥੇ ਜੋਤੜਾ ਜੀ ਕਰਦਾ ਬਣਾਓ ਉਹਦੀ ਪੱਕਾ ਸਾਨੂੰ ਸੰਤ ਜਨ ਨੂੰ ਸੰਗਤਾਂ ਨੂੰ ਉਹ ਸਰਕਾਰ ਜਿਹੜੀ ਸੀ ਮੌਕੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਸਾਧ ਸੰਗਤ ਜੀ ਅਸੀਂ ਬੇਨਤੀ ਕੀਤੀ ਵੀ ਸਾਡੀਆਂ ਸੰਗਤਾਂ ਮੱਥਾ ਟੇਕਣ ਤੋਂ ਤਰਸਦੀਆਂ ਨੇ ਉਹਨਾਂ ਨੇ ਕਿਹਾ ਤਾਂ ਉਸ ਦਿਨ ਮੱਥਾ ਟੇਕਣ ਨੂੰ ਵੀ ਯਾਦ ਦਿੱਤੀ ਜਾਵੇਗੀ ਇਸ ਗੱਲ ਦੀ ਉਹਨਾਂ ਨੇ ਹੋਰ ਦੇਖੋ ਕਿੰਨੀ ਵੱਡੀ ਗੱਲ ਕੀਤੀ ਹੈ ਜਿਨ੍ਹਾਂ ਦੇ ਕੋਲ ਸਾਡੀ ਸਰਕਾਰ ਨਾਲ ਗੱਲ ਹੋਈ ਹੈ ਉਹਨਾਂ ਨੇ ਇੱਥੇ ਤੱਕ ਕੀਤੀ ਵੀ ਗੁਰੂ ਰਵਿਦਾਸ ਮਹਾਰਾਜ ਜੀ ਚਿਤੌੜਗੜ੍ਹ ਦੀ ਗੱਲ ਕਾਂਚੀ ਬਨਾਰਸ ਦੀ ਗੱਲ ਗੁਰੂ ਰਵਿਦਾਸ ਮਾਰਾ ਬਾਰੇ ਉਹਨੇ ਬਹੁਤ ਬੜਾ ਸਬੋਧਨ ਕਰਕੇ ਦੱਸਿਆ ਉਸ ਤੇ ਨਾਲ ਅਸੀਂ ਬੇਨਤੀ ਕੀਤੀ ਸਾਡੇ ਉਸ ਮੱਥਾ ਟੇਕਣ ਗਏ ਇਹ ਕਿਤਰੀ ਗਰੂ ਜਿਹੜੇ 96 ਨੌਜਵਾਨ ਸੀ ਉਹਨਾਂ ਨੂੰ ਗਵਰਨਮੈਂਟ ਨੇ ਨਜਾਇਜ਼ ਰਿਸ਼ਤ ਕੀਤਾ ਉਹਨਾਂ ਨੂੰ ਰਿਹਾ ਕੀਤਾ ਜਾਵੇ ਔਰ ਸਾਡੇ ਜਲੰਧਰ 150 ਬੰਦੇ ਸੀ ਉਹਨਾਂ ਦੀ ਬੇਇਨਤੀ ਜਿਹੜੀ ਉਹਨਾਂ ਨੂੰ ਵੀ ਰਿਹਾ ਕੀਤਾ ਜਾਵੇ ਜੋ ਕਿ ਸਹੌਂਗੜਾ ਸਾਹਿਬ ਜੀ ਉਹਨਾਂ ਦਾ ਅੰਦੋਲਨ ਚੱਲਦਾ ਹੈ ਉਹਦੀ ਕਾਫੀ ਚਰਚਾ ਹੋਈ ਉਹਨਾਂ ਨੂੰ ਵੀ ਰਿਹਾ ਕੀਤਾ ਜਾਵੇ ਔਰ ਉਹਨਾਂ ਨੇ ਸਾਨੂੰ ਕਿਹਾ ਬਈ ਲਿਖ ਕੇ ਦਿਓ ਦੋ ਚੌ ਦਿਨਾਂ ਦੇ ਵਿੱਚ ਸਾਰੇ ਸਾਰੇ ਬਿਨਾਂ ਸ਼ਰਤ ਤੋਂ ਬੰਦੇ ਰਿਹਾ ਕੀਤੇ ਜਾਣਗੇ ਜੋ ਬੋਲੇ ਸੋ ਨਿਰਪੈ ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ ਇਹਨਾਂ ਗੱਲਾਂ ਨੂੰ ਸੁਣਦੇ ਹੋ ਮੇਰੇ ਇਕੱਲੇ ਦੀ ਗੱਲ ਨਹੀਂ ਹੈ ਔਰ ਪੂਰਾ ਸੰਤ ਸਮਾਜ ਸੀ ਉੱਥੇ ਬੈਠਾ ਹੈ ਇਹ ਨਹੀਂ ਕਿੰਨੇ ਸੰਤ ਸਮਾਜ ਔਰ ਸੰਤ ਸਮਾਜ ਮੈਂ ਬੇਨਤੀ ਕਰਦਾ ਸੰਤ ਸਾਡੇ ਇਕੱਠੇ ਹਨ ਸੰਤਾਂ ਸਾਡੇ ਕੋਲ ਦੋ ਰਹਿ ਨਹੀਂ ਹੈ ਗੁਰੂ ਰਵਿਦਾਸ ਮਰਦੇ ਸੀ ਗੱਲ ਕਰਦੇ ਆ ਔਰ ਵਿਚਾਰਾਂ ਦੀ ਕੋ ਗੱਲ ਹੋ ਸਕਦੀ ਹੈ ਔਰ ਸੰਤ ਜਨ ਇੱਕੋ ਹੈ ਜਿਸ ਤਰ੍ਹਾਂ ਗਰਬਾਣੀ ਫਰਮਾਉਂਦੀ ਆ ਮੇਰੇ RAM ਰਾਏ ਤੂੰ ਸੰਤਾਂ ਦਾ ਸੰਤ ਤੇਰੇ ਤੇਰੇ ਸੇਵਕੋਂ ਪੋ ਕੁਛ ਨਹੀਂ ਜੰਮ ਨੇ ਆਏ ਨੇੜੇ ਸੰਤਾਂ ਦੇ ਸੰਤ ਪਰੋਣੇ ਉਹ ਸੰਗਤ ਜੀ ਅਸੀਂ ਤੁਹਾਡੇ ਸਹਿਯੋਗ ਦੇ ਨਾਲ ਸੰਤਾਂ ਨੂੰ ਥੋੜਿਆਂ ਨੂੰ ਬੁਲਾਇਆ ਸੀ ਫਿਰ ਵੀ ਅਸੀਂ ਕਈ ਸੰਤ ਲੈ ਗਏ ਦਾ ਕਿ ਗੱਲ ਜਿਹੜੀ ਦਾ ਪਤਾ ਨਹੀਂ ਸੀ ਉੱਥੇ ਕੀ ਹੋਣੀ ਹੈ ਪਰ ਉਹ ਸਰਕਾਰ ਨੇ ਸਾਨੂੰ ਪੂਰਾ ਵਿਸ਼ਵਾਸ ਦਿਵਾਇਆ ਸਾਡੇ ਨਾਲ ਇਥੋਂ ਜਿਹੜੇ ਕਿ ਇਹਨਾਂ ਸਰਕਾਰ ਨੇ ਸੱਤ ਮੈਂਬਰੀ ਕਮੇਟੀ ਚੁਣ ਕੇ ਭੇਜੀ ਸੀ ਜਿਨਾਂ ਨੇ ਸਾਡੀ ਗੱਲਬਾਤ ਕਰਾਈ ਹੈ ਔਰ ਆਪਾਂ ਹੁਣ 13 ਤਰੀਕ ਦੇਖਦੇ ਹਾਂ 13 ਤਰੀਕ ਨੂੰ ਸਾਨੂੰ ਕੀ ਅਜਲਟ ਮਿਲਦਾ ਹੈ ਜੋ ਉਹਨਾਂ ਨੇ ਸਾਨੂੰ ਕਿਹਾ ਵਿਸ਼ਵਾਸ ਦਵਾਇਆ ਅਸੀਂ ਉਹ ਤੁਹਾਨੂੰ ਨੌਜਵਾਨਾਂ ਨੂੰ ਇਹ ਟੈਲੀਵਿਜ਼ਨ ਰਾਹੀਂ ਦੱਸ ਦਿੱਤਾ ਹੈ 13 14 ਤਰੀਕ ਤੱਕ ਆਪਾਂ ਦੇਖਦੇ ਹਾਂ ਕੀ ਹੁੰਦਾ ਸਰਕਾਰ ਕੀ ਕਰਦੀ ਹੈ ਪਰ ਉਹਨਾਂ ਦੀਆਂ ਗੱਲਾਂ ਤੇ ਵਿਸ਼ਵਾਸ ਆਇਆ ਜਿਨ੍ਹਾਂ ਨੇ ਕਿਹਾ ਜਗਤਗੁਰੂ ਰਵਿਦਾਸ ਮਹਾਰਾਜ ਜੀ ਔਰ ਤੋੜਗੜ ਗੁਰੂ ਮਹਾਰਾਜ ਜੀ ਕਾਂਸੀ ਬਨਾਰਸ ਗੁਰੂ ਮਹਾਰਾਜ ਜੀ ਇਸੇ ਜਗ੍ਹਾ ਤੇ ਤੁਗੜਾ ਬਾਦ ਗੁਰੂ ਰਵਿਦਾਸ ਸਮਰਦਾ ਸਾਡਾ ਮੱਥਾ ਟਿਕਣਾ ਫਰਜ਼ ਹੈ ਇਹਨਾਂ ਗੱਲਾਂ ਨੂੰ ਮੁੱਖ ਰੱਖਦੇ ਹੋਏ ਸਾਨੂੰ ਪੂਰਾ ਵਿਸ਼ਵਾਸ ਦਵਾਇਆ ਹੈ ਸੰਗਤ ਜੀ ਇਹ ਤੁਹਾਡੇ ਸਹਿਯੋਗ ਦੇ ਨਾਲ ਇਹ ਵੀ ਗੱਲ ਆਪਣੇ ਮੋਰੇ ਆਈ ਹੈ ਸਾਨੂੰ ਕੋਈ ਪਾਰਟੀ ਦਾ ਮਤਲਬ ਨਹੀਂ ਹੈ ਅਸੀਂ ਪਾਰਟੀਆਂ ਦੇ ਉੱਤੇ ਉੱਠ ਕੇ ਗੱਲ ਕਰ ਰਹੇ ਹਾਂ ਸਾਨੂੰ ਉਹ ਹੀ ਪਾਰਟੀ ਚੰਗੀ ਹੈ ਜਿਹੜੇ ਸਾਡੇ ਗੁਰੂ ਦੀ ਗੱਲ ਕਰਦੀ ਹੈ ਸਾਡੇ ਗੁਰੂ ਦਾ ਸਾਨੂੰ ਹੱਕ ਦਵਾ ਰਹੀ ਹੈ ਬਾਕੀ ਮਤ ਕੋ ਸੁਧਣਾ ਬੇਵਾਸ ਪਾਰਟੀ ਦੇ ਨਾਲ ਸੰਤਨ ਗੈਸ ਪਾਰਟੀ ਦੇ ਨਾਲ ਅਸੀਂ ਗੁਰੂ ਦੇ ਨਾਲ ਹਾਂ ਉਹ ਸਮੁੱਚੇ ਸੰਗਤ ਦੇ ਨਾਲ ਹਾਂ ਜੋ ਸਾਡਾ ਗੁਰੂ ਰਵਿਦਾਸ ਨਾਮਦੇਵਾ ਸੰਗਤਾਂ ਭਾਈ ਸਖਸਚਰਾ ਰਵਿਦਾਸੀਆ ਕੌਮ ਡਾਕਟਰ ਬੇਦਕਰ ਸੁਭਾਵਾਂ ਭਗਵਾਨ ਬਾਲਮੀਕ ਸੁਆਮੀ ਜੀ ਭਾਈ ਚਰਾ ਮੁਸਲਮਾਨ ਸੰਗਤਾਂ ਰੈਂਦੀਆ ਭਾਰਤ ਵਿੱਚ ਦੇਸ਼ ਤੇ ਵਿਦੇਸ਼ ਵਿੱਚੋਂ ਬਹੁਤ ਕਲਾ ਲਾਈਆਂ ਦੁੱਖ ਦਰਦ ਦੀਆਂ ਪਰ ਜੋ ਕੱਲ ਸਾਨੂੰ ਇਹ ਸੰਦੇਸ਼ ਮਿਲਿਆ ਹੈ ਵਿਸ਼ਵਾਸ ਮਿਲਿਆ ਹੈ ਅਸੀਂ ਇਹ ਵੀ ਕੱਲ ਆਈ ਸੀ ਜੋ 2 ਤਰੀਕ ਨੂੰ ਪੰਜਾਬ ਵਿੱਚ ਐਸ ਡੀ ਐਮ ਸਾਹਿਬ ਡੀ ਸੀ ਸਾਹਿਬ ਤਹਿਸੀਲਦਾਰ ਸਾਹਿਬ ਮੋਰੇ ਧਰਨੇ ਨੌਜਵਾਨ ਲਾਉਣਗੇ ਸੋ ਇਹ ਸਾਡੇ ਨੌਜਵਾਨਾਂ ਨੇ ਕੱਲ ਦਾ ਧਰਨਾ ਲਾਇਆ ਹੈ ਅਸੀਂ ਅੱਜ ਕਿਉਂਕਿ ਸਈ ਪਰਸੋਂ ਉਧਰ ਚਲੇ ਗਏ ਅਸੀਂ ਰਾਤ 4 ਵਜੇ ਆਏ ਆ ਅੱਜ ਇਹਨਾਂ ਬੱਚਿਆਂ ਦੇ ਕੋਲ ਅਸੀਂ ਇਹਨਾਂ ਦੇ ਦਰਸ਼ਨ ਕਰਨ ਵਾਸਤੇ ਆਏ ਆ ਜੇ ਕਹੀਏ ਆਸ਼ੀਰਵਾਦ ਅਸੀਂ ਕੋਈ ਆਸ਼ੀਰਵਾਦ ਨਹੀਂ ਦੇ ਸਕਦੇ ਆਸ਼ੀਰਵਾਦ ਗੁਰੂ ਰਵੀਦਾਸ ਮਹਾਰਾਜ ਦਾ ਹੈ ਸਤਿਗੁਰੂ ਰਵੀਦਾਸ ਮਹਾਰਾਜ ਕੀ ਜੈ ਅਸੀਂ ਸੰਤ ਤੁਹਾਡੇ ਬਣਾ ਹੋਆ ਆ ਤੁਹਾਡੇ ਭਰਾ ਆ ਤੁਹਾਡੇ ਸੇਵਾਦਾਰ ਆ ਪ੍ਰਭੂ ਸਾਡੀ ਜੇ ਕੋਈ ਤੁਹਾਨੂੰ ਗਲਤੀ ਵੀ ਨਜ਼ਰ ਆਉਂਦੀ ਆ ਅਸੀਂ ਤੁਹਾਨੂੰ ਮਾਫੀ ਚਾਹੁੰਦੇ ਆ ਅਸੀਂ ਹਮੇਸ਼ਾ ਤੁਹਾਡੇ ਨਾਲ ਆ ਅਗਲਾ ਪ੍ਰੋਗਰਾਮ ਜੋ ਹੈ ਹੁਣ ਆਪਾਂ ਨੂੰ 13 ਤਰੀਕ ਨੂੰ ਪਤਾ ਲੱਗੇਗਾ ਆਪਾਂ ਉੱਥੇ ਕੀ ਕਰਦੇ ਆ ਇਹ ਵੀ ਮੇਰੀ ਅਪੀਲ ਹੈ ਜਿਹੜੇ ਲੋਕ ਕਹਿੰਦੇ ਸੀ ਵੇ ਪੈਸਾ ਪੈਸਾ ਇਕੱਠਾ ਕਰਕੇ ਗੁਰੂ ਜੀ ਦਾ ਅਸਥਾਨ ਬਣਾ ਦੇਾਂਗੇ ਹੁਣ ਆਪਣੀਆਂ ਕਿਰਤ ਕਮਾਈਆਂ ਨੂੰ ਸਫਲਾ ਕਰਦੇ ਹੋਏ ਦਸਵੰਧ ਜੋੜਨੇ ਸ਼ੁਰੂ ਕਰ ਦੇਣੇ ਚਾਹੀਦੇ ਆ ਐਸਾ ਅਸਥਾਨ ਬਣੇ ਜੋ ਦੁਨੀਆ ਦੇਖਦੀ ਰਹਿ ਜਾਵੇ ਗੁਰੂ ਜੀ ਦੇ ਅਸਥਾਨ ਨੂੰ ਜੈ ਗੁਰੂ ਨਾਨਕ ਮਹਾਰਾਜ ਕੀ ਜੈ ਹੁਣ ਅਸੀਂ ਜਿਸ ਤਰ੍ਹਾਂ ਜਲੰਧਰ ਸਾਡੇ ਮੁੜਿਆਂ ਦੇ ਧਰਨਾ ਦਿੱਤਾ ਜਾਂ ਸਖ ਭਾਈਚਾਰਾ ਅੱਜ ਰੋਸਮਾਰਚ ਕਰ ਰਿਹਾ ਅਸੀਂ ਉਹਨਾਂ ਦਾ ਧੰਨਵਾਦ ਕਰਨ ਵਾਸਤੇ ਵੀ ਉੱਥੇ ਪਹੁੰਚਣਾ ਹੈ ਅਸੀਂ ਆ ਟੂਰ ਲਾਉਣਾ ਹੈ ਸ਼ਾਮ ਨੂੰ ਤੁਹਾਡੇ ਕੋਲ ਅਸੀਂ 4 ਵਜੇ ਪਹੁੰਚਾਂਗੇ ਇਹ ਹੁਣ ਜੋ ਤੁਹਾਡੀ ਮੁੰਡਿਆਂ ਦੀ ਮੀਟਿੰਗ ਹੈ ਤੁਹਾਨੂੰ ਅਸੀਂ ਸੰਦੇਸ਼ ਦੇ ਦਿੱਤਾ ਹੈ ਬਈ 13 ਤਰੀਕ ਹੈ ਜਿਸ ਤਰ੍ਹਾਂ ਤੁਹਾਡੀ ਅਗਲੀ ਕਾਰਵਾਈ ਕਰਨੀ ਆ ਅਸੀਂ ਤੁਹਾਡੇ ਨਾਲ ਆਵਾਂਗੇ ਅਸੀਂ ਮੋਰੇ ਨਹੀਂ ਅਸੀਂ ਤੁਹਾਡੇ ਨਾਲ ਆ ਜੋ ਤੁਸੀਂ ਕਰਨਾ ਚਾਹੁੰਦੇ ਆ ਜੈ ਕਰਦੇ ਧੰਨ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮੀਡੀਆ ਵਾਲਿਆਂ ਦਾ ਵੀ ਅਸੀਂ ਕੋਟਿੰਗ-ਕੁਟ ਧਰਵਾਦ ਕਰਦੇ ਆ ਜੋ ਸੱਚ ਦੀ ਆਵਾਜ਼ ਕੋਨੇ-ਕੋਨੇ ਦੀ ਦੁਨੀਆ ਅੰਦਰ ਪਚਾਰੇ ਆ ਇਹ ਬੱਚੇ ਨੌਜਵਾਨ ਦੇਖੋ ਇਹ ਬੱਚੇ ਫਰੀ ਸੇਵਾ ਕਰ ਰਹੇ ਆ ਅਸੀਂ ਇਹਨਾਂ ਨੂੰ ਕੋਈ ਪੈਸਾ ਤੇਲਾ ਨਹੀਂ ਦੇ ਰਹਾ ਇਹਨਾਂ ਨੂੰ ਦਰਦ ਹੈ ਗੁਰੂ ਰਵਿਦਾਸ ਮਹਾਰਾਜ ਜੀ ਦਾ ਆਪਣੀਆਂ ਕੋਮਾਂ ਦਾ ਦਰਦ ਹੈ ਅੱਜ ਮੈਂ ਇੱਥੇ ਦੱਸਣਾ ਚਾਹੁੰਦਾ ਇਹ ਗੁਰੂ ਰਵਿਦਾਸ ਮਹਾਰਾਜ ਜੀ ਜਗਤ ਗੁਰੂ ਹਨ ਇਸ ਅਧੋਲਨ ਵਿੱਚ ਲੋਕਾਂ ਨੇ ਜਾਤਾਂ ਪਾਤਾਂ ਦੇ ਕੋਡ ਨੂੰ ਛੱਡ ਕੇ ਪਰੇ ਕਰ ਦਿੱਤਾ ਅੱਜ ਸਭ ਇਕੱਠੇ ਹੋ ਗਏ ਆ ਜਾਤਾਂ ਪੰਦੇ ਲੜਾਈ ਨੂੰ ਛੱਡ ਕੇ ਕੇਵਲ ਤੇ ਕੇਵਲ ਪ੍ਰਮਾਤਮਾ ਦੀ ਗੱਲ ਕਰਿਆ ਕਰੋ ਜੈ ਗੁਰਦੇਵ ਧੰਨ ਗੁਰਦੇਵ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੋ ਬੋਲੇ ਇਹ ਸੋ ਨਰਵ ਹੈ ਸਤਿਗੁਰੂ ਸਾਹਿਬਾਨ ਦੀ ਹੈ